ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਦੀ ਪੰਜਾਬੀ ਪੁਸਤਕ ਪਾਠ ਨੰਬਰ 17 ਲੋੜੀ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚੋਂ ਕਰ ਸਕਦੇ ਹੋ ਹੁਣ ਆਪਾਂ ਇਸ ਪਾਠ ਦੇ ਇਸ ਪਾਠ ਦੀ ਕਹਾਣੀ ਕਰਾਂਗੇ ਇਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪੰਜਾਬ ਨੂੰ ਮੇਲਿਆਂ ਤੇ ਤਿਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਤਿਹਾਰ ਤੇ ਮੇਲੇ ਸਮਾਜ ਵਿੱਚ ਪਾਈਚਾਰਕ ਸਾਂਝ ਪੈਦਾ ਕਰਦੇ ਹਨ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦੀਵਾਲੀ ਦਸਹਿਰਾ ਤੇ ਹੋਲੀ ਦੇ ਤਿਹਾੜ ਮਨਾਏ ਜਾਂਦੇ ਹਨ ਲੋਹੜੀ ਦਾ ਤਿਹਾੜ ਪੰਜਾਬ ਵਿੱਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਧੂਮਤਾਮ ਨਾਲ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਹਾੜ ਧਰਤੀ ਤੇ ਆਏ ਨਵੇਂ ਜੀ ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਅੱਜ ਕੱਲ੍ਹ ਸਮਾਜ ਵਿੱਚ ਅਗਾਹਾ ਬਦੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ ਖੇਤੀ ਪ੍ਰਧਾਨ ਪੰਜਾਬ ਖੇਤੀ ਪ੍ਰਧਾਨ ਰਾਜ ਹੈ ਜਦੋਂ ਹਾਲਾਂਕਿ ਖੇਤੀ ਕੀਤੀ ਜਾਂਦੀ ਸੀ ਤਾਂ ਹਰ ਪਰਿਵਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਸੀ ਆਮ ਲੋਕ ਇਸ ਤਰ੍ਹਾਂ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਖੇਤੀਬਾੜੀ ਨਾਲ ਘਰ ਵਿੱਚ ਬਧੇਰੇ ਖੁਸ਼ਹਾਲੀ ਆਵੇਗੀ ਇਸ ਲਈ ਘਰ ਵਿੱਚ ਪੁੱਤਰ ਦੀ ਆਮਦ ਤੇ ਖੁਸ਼ੀ ਵਜੋਂ ਲੋੜੀ ਮਨਾਈ ਜਾਣੀ ਸ਼ੁਰੂ ਹੋ ਗਈ ਭਾਵੇਂ ਕਿ ਅਜੋਕੇ ਸਮਾਜ ਵਿੱਚ ਇਹ ਰੀਤ ਬਦਲਦੀ ਜਾ ਰਹੀ ਹੈ ਪੁੱਤਰ ਤੇ ਧੀ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋੜੀ ਦੇ ਤਿਹਾਰ ਮੌਕੇ ਬੱਚਿਆਂ ਵੱਲੋਂ ਗਾਏ ਜਾਣ ਵਾਲੇ ਗੀਤਾਂ ਵਿੱਚ ਉੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾਈ ਦਿੰਦੇ ਹਨ ਲੋੜੀ ਬਈ ਲੋੜੀ ਥੋੜਾ ਮੁੰਡਾ ਚੜਿਆ ਘੋੜੀ ਘੋੜੀ ਪਈ ਨੱਠ ਥੋੜੇ ਥੋੜੇ ਹੋਣਗੇ ਪੁੱਤਰ ਪੋਤਰੇ ਸੱਠ ਘੋੜੀ ਦੇਵੇ ਬਛੇਰੇ ਜੁਗ 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 ਜੀਵਨ ਪੁੱਤਰ ਤੇਰੇ ਸਾਡੀ ਝੋਲੀ ਪਾ ਦੇ ਪਾਥੀ ਤੇਰਾ ਪੁੱਤ ਚੜੇਗਾ ਹਾਥੀ ਪਾ ਦੇ ਮਾਈ ਲੋੜੀ ਜੁਗ ਜੁਗ ਜੀਵੇ ਤੇਰੀ ਜੋੜੀ ਲੋੜੀ ਬਾਲਣ ਲਈ ਕਰ ਕਰ ਤੋਂ ਪਾਥੀਆਂ ਮੰਗਦੇ ਬਾਲਾਂ ਦੀਆਂ ਟੋਲੀਆਂ ਹਰ ਪਰਿਵਾਰ ਨੂੰ ਬਦਨ ਫੁੱਲਣ ਦੀਆਂ ਅਸੀਸਾਂ ਦੇਣ ਵਾਲੇ ਗੀਤ ਗਾ ਕੇ ਲੋੜੀਆਂ ਲੋੜੀ ਮੰਗਦੇ ਲੋੜੀਆਂ ਲੋੜੀ ਮੰਗਦੀਆਂ ਹਨ ਇਹ ਬੱਚੇ ਲੈਣ ਗਲਤ ਪੜੀ ਗਈ ਹੈ ਦੁਬਾਰਾ ਪੜ੍ਹਦੇ ਹਾਂ ਠੀਕ ਹੈ ਲੋੜੀ ਬਾਲਣ ਲਈ ਕਰ ਕਰ ਤੋਂ ਪਾਥੀਆਂ ਮੰਗਦੇ ਬਾਲਾਂ ਦੀਆਂ ਟੋਲੀਆਂ ਹਰ ਪਰਿਵਾਰ ਨੂੰ ਬਦਨ ਫੁੱਲਣ ਦੀਆਂ ਅਸੀਸਾਂ ਦੇਣ ਵਾਲੇ ਗੀਤ ਗਾ ਕੇ ਲੋੜੀ ਮੰਗਦੀਆਂ ਹਨ ਲੋੜੀ ਦੇ ਤਿਹਾਰ ਦਾ ਤਿਲਾਂ ਤੇ ਗੁੜ ਨਾਲਾ ਗੂੜਾ ਸਬੰਧ ਹੈ ਕਿਹਾ ਜਾਂਦਾ ਹੈ ਕਿ ਤਿਲ ਅਤੇ ਗੁੜ ਦੀ ਰੋੜੀ ਪਾਬ ਤਿਲ ਰੋੜੀ ਤੋਂ ਹੌਲੀ-ਹੌਲੀ ਸ਼ਬਦ ਲੋੜੀ ਬਣ ਗਿਆ ਅੱਜ ਕੱਲ ਇਸ ਤਿਹਾਰ ਇਹ ਤਿਹਾਰ ਗੁੜ ਅਤੇ ਤਿਲਾਂ ਦੇ ਨਾਲ-ਨਾਲ ਰਿਉੜੀਆਂ, ਮੂੰਗਫਲੀਆਂ, ਮੂੰਗਫਲੀ, ਮੱਕੀ ਦੀਆਂ ਖਿਲਣਾ, ਭੱਗਾ, ਤਲੋਏ, ਪਤਾਸੇ, ਮਠਿਆਈਆਂ ਅਤੇ ਤਿਲਾਂ ਤੋਂ ਬਣਾਈਆਂ ਬਨਸ-ਬੰਨੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ ਹੈ ਪੁਰਾਣੇ ਸਮੇਂ ਤੋਂ ਹੀ ਲੋੜੀ ਦੇ ਤਿਹਾਰ ਨੂੰ ਸੱਭਿਆਚਾਰਕ ਗੀਤਾਂ ਵਿੱਚ ਸੰਭਾਲਿਆ ਹੋਇਆ ਹੈ ਲੋੜੀ ਵਾਲੇ ਦਿਨ ਪਹਿਣਾ ਆਪਣੇ ਪੀਰ ਦੇ ਘਰ ਪੁੱਤਰ ਦੇ ਜਨਮ ਤੇ ਪਰਿਵਾਰ ਦੀ ਬੇਲ ਬਦਨ ਦੀ ਖੁਸ਼ੀ ਨੂੰ ਗੀਤਾਂ ਰਾਹੀਂ ਪ੍ਰਗਟ ਕਰਦੀਆਂ ਹਨ ਵੀਰ ਘਰ ਦਾ ਪੁੱਤ ਜੰਮਿਆ ਚੰਨ ਚੜਿਆ ਬਾਪ ਦੇ ਬੇੜੇ ਪਿੰਡਾਂ ਵਿੱਚ ਇਸ ਤਿਹਾਰ ਨੂੰ ਸਾਂਝੀ ਥਾਂ ਪਿੰਡ ਦੀ ਸੱਤ ਵਿੱਚ ਪਾਥੀਆਂ ਤੇ ਲੱਕੜਾਂ ਦੀ ਲੋੜੀ ਵਾਲ ਕੇ ਬਣਾਇਆ ਜਾਂਦਾ ਹੈ ਲੋੜੀ ਵਾਲੀ ਰਾਤ ਨੂੰ ਠੰਡ ਦਾ ਬਹੁਤ ਜ਼ੋਰ ਹੁੰਦਾ ਹੈ ਪਰਿਵਾਰ ਦਾ ਹਰ ਜੀ ਇਸਤਰੀਆਂ ਬੱਚੇ ਤੇ ਬਜ਼ੁਰਗ ਬਲਦੀ ਹੋਈ ਲੋੜੀ ਦਿਵਾਲੇ ਬੈਠ ਕੇ ਨਿੱਗਦਾ ਆਨੰਦ ਮਾਣਦੇ ਹਨ ਇਸਤਰੀਆਂ ਬਲਦੀ ਲੋੜੀ ਵਿੱਚ ਤਿਲ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ ਇਸ ਰਾਏ ਦਲੇਦਰ ਜੈ ਦਲੇਦਰ ਦੀ ਜੜ ਚੁੱਲ੍ਹੇ ਪਾਏ ਪੋ ਮਹੀਨੇ ਦੇ ਪੂ ਮਹੀਨ ਪੋਦੇ ਮਹੀਨੇ ਸਰਦੀ ਬਧੇਰੇ ਹੁੰਦੀ ਹੈ ਇਸ ਲਈ ਘਰ ਪਰਿਵਾਰ ਅਤੇ ਖੇਤੀ ਦਾ ਕੋਈ ਵੀ ਕੰਮ ਚੰਗੀ ਤਰ੍ਹਾਂ ਨਿਪਰੇ ਨਹੀਂ ਚੜਦਾ ਜਿਆਦਾ ਠੰਡ ਨਾਲ ਹਰ ਜੀ ਆਲਸੀ ਹੋ ਜਾਂਦਾ ਹੈ ਲੋੜੀ ਤੋਂ ਦੂਸਰੇ ਦਿਨ ਉਹ ਚੜ ਜਾਂਦਾ ਹੈ ਦੈਨ ਨਿੱਗੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਸਤਰੀਆਂ ਪਰਿਵਾਰ ਦੇ ਜੀਆਂ ਨੂੰ ਉਦਮੀ ਬਣਾਉਣ ਦੀ ਮੰਗ ਕਰਦੀਆਂ ਹਨ ਦਿਲਦਰ ਨੂੰ ਅਗਨੀ ਭੇਟ ਕਰ ਦਿੰਦੀਆਂ ਹਨ ਲੋੜੀ ਦਿਵਾਲੇ ਬੈਠੇ ਲੋਕਾਂ ਵਿੱਚੋਂ ਕੋਈ ਬਡੇਰੀ ਉਮਰ ਦਾ ਬਜ਼ੁਰਗ ਲੋਕ ਕਥਾਵਾਂ ਦੇ ਵੀਰ ਨਾਇਕ ਦੁੱਲਾ ਪੱਟੀ ਦੀ ਕਥਾ ਸੁਣਾਉਂਦਾ ਹੈ ਲੋਕ ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਦੁੱਲਾ ਪੱਟੀ ਨੇ ਲੋੜੀ ਵਾਲੇ ਦਿਨ ਕਰੀ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਸ਼ਗਨ ਵਜੋਂ ਪੱਲੇ ਵਿੱਚ ਸ਼ੱਕਰ ਪਾ ਕੇ ਉਹਨਾਂ ਦਾ ਡੋਲਾ ਤੋਰਿਆ ਸੀ ਇਸ ਲਈ ਕਰਾਂ ਤੋਂ ਲੋੜੀ ਮੰਗਦੇ ਬੱਚੇ ਇਸ ਵੀਰ ਨਾਇਕ ਨੂੰ ਅੱਜ ਵੀ ਯਾਦ ਕਰਦੇ ਹਨ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀਤੀ ਵਿਆਈ ਹੋ ਸ਼ੇਰ ਚੱਕਰ ਪਾਈ ਹੋ ਲੋੜੀ ਵਾਲੇ ਦਿਨ ਜਿੱਥੇ ਇਸਤਰੀਆਂ ਕਈ ਪ੍ਰਕਾਰ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਂਦੀਆਂ ਹਨ ਉੱਥੇ ਲੋੜੀ ਵਾਲੇ ਵਾਲੀ ਰਾਤ ਨੂੰ ਮੋਠ ਬਾਜਰੇ ਤੇ ਦਾਲ ਚਾਵਲਾਂ ਦੀ ਖਿਚੜੀ ਵੀ ਰਿਣੀ ਜਾਂਦੀ ਹੈ ਇਹ ਖਿਚੜੀ ਪਰਿਵਾਰ ਦੇ ਸਾਰੇ ਜੀ ਮਾਗ ਦੀ ਸੰਗਰਾਦ ਨੂੰ ਸਵੇਰੇ ਵੇਲੇ ਇਸ਼ਨਾਨ ਕਰਕੇ ਖਾਂਦੇ ਹਨ ਇਸ ਨੂੰ ਪੋ ਰਿੱਧੀ ਮਾਗ ਖਾਦੀ ਕਿਹਾ ਜਾਂਦਾ ਹੈ ਇਹ ਕਹਾਵਤ ਬੁਜ਼ਾਰਤ ਦੇ ਰੂਪ ਵਿੱਚ ਵੀ ਪ੍ਰਚਲਿਤ ਹੋ ਗਈ ਹੈ ਲੋੜੀ ਦਾ ਤਿਹਾਰ ਨਮ ਜਨਮੇ ਬਾਲਾਂ ਨਾਲ ਜੁੜਿਆ ਹੋਇਆ ਹੈ ਨਮ ਜਨਮੇ ਜੰਮੇ ਬਾਲ ਨੂੰ ਸੁੰਗੜ ਸੁਜਾਨ ਪਹਿਣਾ ਪੂਆ ਚਾਚੀਆਂ ਮਾਮੀਆਂ ਮਾਸੀਆਂ ਦਰਾਣੀਆਂ ਤੇ ਜਠਾਣੀਆਂ ਪੁਛਾਕਾਂ ਦੇਖ ਡਾਉਣੇ ਤੋਹਫੇ ਵਜੋਂ ਦਿੰਦੀਆਂ ਹਨ ਪਰਿਵਾਰ ਵਿੱਚੋਂ ਬਾਲ ਦੀ ਦਾਦੀ ਨਾਨੀ ਮਾਂ ਅਤੇ ਭੈਣਾਂ ਗੁੜਦੀਆਂ ਭੇਲੀਆਂ ਪੱਨ ਤੋੜ ਕੇ ਪੰਨ ਕੇ ਰੋੜੀਆਂ ਬਣਾਉਂਦੀਆਂ ਹਨ ਇਹ ਗੁੜ ਸ਼ਗਨ ਵਜੋਂ ਗਲੀ ਮੁਹੱਲੇ ਤੇ ਪਿੰਡ ਵਿੱਚ ਵੰਡਿਆ ਜਾਂਦਾ ਹੈ ਇਸ ਮੌਕੇ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਭੈਣਾਂ ਵੀਰ ਦੀ ਲੰਮੀ ਉਮਰ ਲਈ ਦੁਆਵਾਂ ਕਰਦੀਆਂ ਹਨ ਲੋਹੜੀ ਦੇ ਗੁੜਦੀਆਂ ਮਿੱਠੀਆਂ ਮਿੱਠੀਆਂ ਰੋੜੀਆਂ ਜੁਗ ਜੁਗ ਜਿਉਣ ਮਾਏ ਪਰਾਂਮਾਂ ਦੀਆਂ ਜੋੜੀਆਂ ਲੋੜੀ ਦਾ ਤਿਹਾਰ ਸ਼ਹਿਰ ਵਿੱਚ ਵੀ ਗਲੀ ਮਹੱਲੇ ਵਿੱਚ ਲੋੜੀ ਬਾਲ ਕੇ ਮਨਾਇਆ ਜਾਂਦਾ ਹੈ। ਕੁਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਪਰਿਵਾਰ ਦੇ ਮਿੱਤਰਾਂ ਸਹੇਲੀਆਂ ਸੁਨਹਿੀਆਂ ਨੂੰ ਬੁਲਾ ਕੇ ਲੋੜੀ ਦਾ ਤਿਹਾਰ ਮਨਾਉਂਦੇ ਹਨ। ਸ਼ਹਿਰਾਂ ਵਿੱਚ ਲੋੜੀ ਮੇਲੇ ਵੀ ਲੱਗਦੇ ਹਨ। ਉਂਝ ਵੀ ਇਹ ਤਿਹਾਰ ਸਵੇਰ ਚਾਰਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਮ ਤੌਰ ਤੇ ਲੋਕ ਲੋੜੀ ਦਾ ਤਿਹਾਰ ਸਾਦੇ ਢੰਗ ਨਾਲ ਡੋੜੀ ਬਾਲ ਕੇ ਗੁੜ ਤੇ ਰਿਓੜੀਆਂ ਵੰਡ ਕੇ ਮਨਾਉਂਦੇ ਹਨ। ਦਾਦਾ ਨਾਨਾ ਮਾਮੇ ਮਾਸੜ ਪੁੱਫੜ ਚਾਚੇ ਤਾਈ ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸਨੇਹੀਆਂ ਨਾਲ ਰਲ ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਬਲਦੀ ਹੋਈ ਲੋਹੜੀ ਦਿਵਾਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ ਇਸ ਮੌਕੇ ਨਮੀਆਂ ਵੇਈਆਂ ਜੋੜੀਆਂ ਲੋਹੜੀ ਵਿੱਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ ਲੋਹੜੀ ਦਾ ਤਿਉਹਾਰ ਦਿਨੋ ਦਿਨ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ ਇਸ ਲਈ ਅੱਜ ਕੱਲ ਗਵਾਂਢੀ ਰਾਜਾਂ ਹਰਿਆਣਾ ਰਾਜਸਥਾਨ ਅਤੇ ਵਿਦੇਸ਼ਾਂ ਵਿਦੇਸ਼ਾਂ ਵਿੱਚ ਜੇ ਕਿਦਰੇ ਵੀ ਪੰਜਾਬੀ বাসਦੇ ਹਨ ਉਹਨਾਂ ਵੱਲੋਂ ਇਹ ਤਿਹਾਰ ਚਾਵਾਂ ਨਾਲ ਮਨਾਇਆ ਜਾਣ ਲੱਗ ਪਿਆ ਹੈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਬਦਲ ਰਹੇ ਸਮਾਜ ਵਿੱਚ ਪੁੱਤਰਾਂ ਦੇ ਨਾਲ ਨਾਲ ਧੀਾਂ ਦੀ ਲੋੜੀ ਵੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ ਉਹ ਦਿਨ ਦੂਰ ਨਹੀਂ ਜਦੋਂ ਲੋੜੀਂ ਧੀਾਂ ਤੇ ਪੁੱਤਰਾਂ ਦਾ ਸੰਜਾ ਤਿਹਾਰ ਬਣ ਜਾਵੇਗਾ ਤੇ ਇਸ ਪਾਠ ਦੀ ਕਹਾਣੀ ਪੂਰੀ ਹੋ ਚੁੱਕੀ ਹੈ ਤੁਸੀਂ ਇਸ ਦੇ ਪ੍ਰਸ਼ਨ ਉਤਰ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ ਤੋਂ ਕਰ ਸਕਦੇ ਹੋ ਧੰਨਵਾਦ